अस्सलाम वालेकुम बाबा जी। वालेकुम सलाम। की हाल चाल है? खैर अल्लाह की रहमत। ठीक ठाक जी? ठीक ठाक। बाबा जी अपना नाम की है? पूरा नाम मोहम्मद सदीक। मोहम्मद सदीक। ते वालद साहब दा की नाम है? वालद साहब दा हाशिम अली। हाशिम अली, ठीक है। दादा जी दा भी आंदा ना? ठीक है। ते अपनी जिहड़ी पैदाइश है ਉਹ ਇੰਡੀਆ ਦੇ ਵਿੱਚ ਹਿੰਦੁਸਤਾਨ 'ਚ ਕਿੱਥੋਂ ਦੀ ਹੈ? ਸਰੰਦ ਸ਼੍ਰੀ ਸਰੰਦ ਬਸੀ ਜੀ। ਸਰੰਦ ਸਰੰਦ ਸ਼੍ਰੀ ਬਸੀ ਸ਼ਹਿਰ? ਠੀਕ ਹੈ। ਅਤੇ ਉੱਥੋਂ ਦੀ ਇਹ ਜ਼ਿਲ੍ਹੇ ਕਿਹੜੇ 'ਚ ਆਉਂਦਾ? ਇਹ ਰਿਆਸਤੀ 'ਚ ਆਉਂਦਾ, ਪਟਿਆਲੇ 'ਚ। ਰਿਆਸਤ ਪਟਿਆਲਾ 'ਚ ਆਉਂਦਾ, ਸਹੀ ਹੈ। ਅਤੇ ਉਦੋਂ ਕਿੰਨੀ ਉਮਰ ਸੀ ਜਦੋਂ? ਉਦੋਂ ਹੈ ਸੀ 7 ਕੁ ਸਾਲ। 7 ਕੁ ਸਾਲ ਉਮਰ ਸੀ? 7 ਸਾਲ। ਮਤਲਬ ਸਹੀ ਹੋਸ਼ ਸੀ ਤੁਹਾਨੂੰ? ਆਹ ਕੋਈ ਮਾੜੀ ਮੋਟੀ ਹੈ ਸੀ ਹੋਸ਼। ਸਹੀ ਹੈ। ਵੱਡ ਫੱਟ ਲੈਂਦੇ ਰਹੇ ਸਿੱਖਾਂ ਦੀ ਜਿਵੇਂ ਵੱਡੇ ਰਹੇ। ਸਹੀ ਹੈ। ਜਾਂਦੇ ਸੀ ਉੱਧਰ ਸਕੂਲੇ ਵੀ ਗਏ ਕਿ ਨਹੀਂ? ਨਹੀਂ, ਸਕੂਲੇ ਤਾਂ ਇੱਕ ਦਿਨ ਵੀ ਨਹੀਂ ਗਿਆ। ਠੀਕ ਹੈ। ਅਤੇ ਇਹ ਸਰਹੰਦ ਸ਼ਰੀਫ ਜਿਹੜਾ ਬਸੀ ਸ਼ਹਿਰ ਹੈ, ਇਹ ਕਿੱਡਾ ਕੁ ਸੀ ਉਦੋਂ? ਅਤੇ ਬੜਾ ਤਕੜਾ ਸ਼ਹਿਰ ਹੈ। ਅੱਛਾ। ਅਤੇ ਇਹ ਮੁਜੱਦਦ ਅਲਫਸਾਨੀ ਵੀ ਉੱਥੋਂ ਦੇ ਨੇ ਨਾ? ਸਹੀ ਹੈ, ਮੁਜੱਦਦ ਅਲਫਸਾਨੀ ਰਹਿਮਤੁੱਲਾ ਅਲੈਹ ਵੀ ਉੱਥੋਂ ਦੇ। ਠੀਕ ਹੈ। ਅਤੇ ਉਹ ਫਿਰ ਵੱਡ ਫੱਟ ਹੋਈ ਅਤੇ ਫਿਰ ਇੱਧਰ ਅਸੀਂ ਆਏ ਹਾਂ। ਗੱਡੀਆਂ ਦੀਆਂ ਗੱਡੀਆਂ ਵੱਡੀਆਂ ਗਈਆਂ। ਬਾਬਾ ਜੀ ਜਿਹੜੇ ਨੇ ਉਹ ਆਪਣਾ ਪੁਰਾਣਾ ਵਕਤ ਯਾਦ ਕਰਕੇ ਥੋੜ੍ਹੇ ਜਿਹੇ ਪਰੇਸ਼ਾਨ ਹੋ ਗਏ ਨੇ ਔਰ ਅੱਖਾਂ 'ਚ ਆਂਸੂ ਵੀ ਆ ਗਏ ਨੇ ਉਹਨਾਂ ਦੀਆਂ 'ਚ। ਵੇਖੋ ਜੀ, ਜਿਨ੍ਹਾਂ ਲੋਕਾਂ ਨੇ ਉਹ ਵਕਤ ਵੇਖਿਆ ਨਾ ਪੁਰਾਣਾ, ਔਰ ਉਹ ਜਿਸ ਤਰ੍ਹਾਂ ਉਹ ਆਏ ਨੇ ਆਪਣਾ ਸਭ ਕੁਝ ਛੱਡ ਕੇ, ਅਤੇ ਇਹ ਉਹ ਹੀ ਜਾਣਦੇ ਨੇ। ਜਾਣੇ ਲੈ ਗਿਆ, ਜਾਨਾਂ ਹੀ ਆਪਣੀਆਂ ਬਚਾ ਕੇ ਲੈ ਕੇ ਆਏ ਨੇ, ਬਾਕੀ ਜਿਹੜਾ ਸਾਰਾ ਕੁਛ ਉੱਥੇ ਛੱਡ ਆਏ ਨੇ। ਅਤੇ ਉਹ ਬੜਾ ਦੁੱਖ ਹੁੰਦਾ, ਅਫਸੋਸ ਹੁੰਦਾ, ਉਹ ਯਾਦ ਹੁੰਦਾ। ਅਤੇ ਕੀ ਕਰਦੇ ਹੋ ਤੁਸੀਂ ਇੱਥੇ ਆਣ ਕੇ? ਸਾਰੇ ਚੋਰੀ ਹਰ ਚੀਜ਼ ਦੀ ਜਿਹੜੀ ਜ਼ਬਤ ਕਰ ਲਈ ਸੀ ਸਿਆਲਕੋਟ ਨੇ, ਸਾਨੂੰ ਕੱਖ ਵੀ ਨਹੀਂ ਦਿੱਤਾ। ਸਾਨੂੰ ਮਈਆਂ ਜੋ ਕੁਝ ਫਸਲਾਂ ਫੁਸਲਾਂ ਇਹਨਾਂ ਹੀ ਸਾਂਭਣੀਆਂ, ਸਾਨੂੰ ਕੁਝ ਵੀ ਨਹੀਂ ਸਾਨੂੰ ਦਿੱਤਾ ਇਹਨਾਂ ਨੇ। ਹਾਂਜੀ। ਅਤੇ ਮਕਾਨ ਵੀ ਉਹ ਚੰਗੇ ਨਾਲ ਸਾਂਭੇ ਸਨ। ਹਰ ਚੀਜ਼ ਦੀ ਲੁੱਟ ਗਈ ਸਿੱਖਾਂ ਦੀ ਜਿਹੜੀ ਸੀ ਨਾ, ਇਹਨਾਂ ਜ਼ਿਆਦਾ ਸਾਰੀ ਸਾਂਭ ਲਈ ਸੀ। ਅਸੀਂ ਤਾਂ ਮਾਕੇ ਰੋਟੀ ਖਾਂਦੇ ਰਹੇ ਇੱਥੇ, ਅੱਲਾ ਬਾਦ ਸਾਨੂੰ ਰੋਟੀ ਦੇ, ਬੱਚੇ ਸਾਨੂੰ ਕਿਹਾ ਸੀਗੇ, ਸਾਨੂੰ ਖਾਣ ਯੋਗ ਵੀ ਦਿੱਤੇ। ਸਾਨੂੰ ਇਹਦੇ ਬਣਾ ਕੇ ਦਿੰਦੇ, ਸਾਨੂੰ ਥੜੇ 'ਤੇ ਨਹੀਂ ਚੜ੍ਹਨ ਦਿੰਦੇ। ਪਤਾ ਨਹੀਂ ਕੌਮ ਕਿਹੜੀ, ਇਹ ਜਿਹੜੇ ਸੀ ਨਾ, ਇਹ ਵੀ ਸਿੱਖਾਂ ਦੇ ਨਾਲ ਦੇ ਸਨ। ਸਾਨੂੰ ਥੜੇ 'ਤੇ ਨਹੀਂ ਚੜ੍ਹਨ ਦਿੰਦੇ, ਸਾਡਾ ਥੜਾ ਪਿੱਟਿਆ ਜਾਂਦਾ, ਹਿੰਦੂਆਂ ਦਾ ਹਿਸਾਬ ਸੀ। ਅੱਛਾ। ਯਾਨੀ ਉਹ ਹੀ ਸੋਚ ਇਹਨਾਂ ਲੋਕਾਂ ਦੇ ਵਿੱਚ ਵੀ ਪਾਈ ਜਾਂਦੀ ਸੀ। ਉਹੀ ਉਹੀ ਇਹਦੇ ਪਨੋਰੀ 'ਤੇ ਲਿਆ ਕੇ ਕੁਛ ਸਿਖਾਉਂਦੇ ਰਹੇ ਨੇ, ਇੱਥੇ ਹਲਾਲ ਵੀ ਨਹੀਂ ਕਰਨ ਦਿੰਦੇ ਸਾਨੂੰ। ਅੱਛਾ। ਹਾਂਜੀ। ਅਤੇ ਇੰਨੇ ਥੱਲੇ ਲੱਗੇ ਸਾਡੇ ਲੋਕ, ਉਹ ਕਹਿੰਦੇ ਕੀ ਹੋ ਗਿਆ, ਪਨਾਹ ਗੀਰ ਮਰ ਗਿਆ ਨਾ। ਬੰਦਾ ਤਾਂ ਮਰ ਗਿਆ ਨਹੀਂ, ਹਰ ਪਨਾਹ ਗੀਰ ਮਰ ਗਿਆ, ਸਾਨੂੰ ਬੰਦੇ ਨਹੀਂ ਸਮਝਦੇ। ਸਹੀ ਹੈ। ਤੁਹਾਨੂੰ ਅਸੀਂ ਦੱਸੀ ਇਹ ਗੱਲ, ਪਨਾਹ ਗੀਰ ਕਹਿੰਦੇ ਹੁੰਦੇ ਸੀ ਇੱਥੋਂ ਦੇ ਲੋਕ ਜਿਹੜੇ ਨੇ। ਕਹਿੰਦੇ ਪਤਾ ਨਹੀਂ ਕੌਣ ਨੇ ਕੌਣ ਨਹੀਂ, ਸਾਨੂੰ ਭਾਂਡੇ ਨੂੰ ਹੱਥ ਨਹੀਂ ਲਾਉਣ ਦਿੰਦੇ। ਇੰਝ ਤਾਂ ਹਿੰਦੂ ਕਰਦੇ ਹੁੰਦੇ ਸੀ ਸੁਣਿਆ, ਉਹ ਹਿੰਦੂਆਂ ਦੇ ਸੋਭਤ ਸੀ ਜਾਣੇ ਹੁੰਦੇ। ਮੰਗਣ ਜਾਂਦੇ ਰਹੇ ਰੋਟੀ ਵਾਲੇ ਵਾਸਤੇ। ਅੱਛਾ ਬਾਬਾ ਜੀ, ਆਪਣੇ ਭਰਾ ਕਿੰਨੇ ਸੀ? ਭਰਾ ਸੀ ਤਿੰਨ। ਤਿੰਨ ਭਰਾ ਸੀ ਨੂੰ, ਦੂਸਰਿਆਂ ਦਾ ਕੀ ਨਾਮ? ਇੱਕ ਰਫੀਕ ਸੀ ਨਾ, ਇੱਕ ਦਿਨ ਬਸ਼ੀਰ ਸੀ। ਰਫੀਕ ਅਤੇ ਬਸ਼ੀਰ। ਅਤੇ ਤੁਹਾਡਾ ਕਿੰਨਵਾ ਨੰਬਰ? ਮੇਰਾ ਵੱਡਾ ਤਾਂ ਬਸ਼ੀਰ ਸੀ, ਅਤੇ ਮੈਂ ਉਹ ਤੋਂ ਛੋਟਾ ਸੀ, ਮੇਰੇ ਤੋਂ ਛੋਟਾ ਬਸ਼ੀਰ। ਠੀਕ ਹੈ। ਅਤੇ ਉੱਧਰੋਂ ਜਦੋਂ ਆਏ ਜੇ, ਤਕਸੀਮ ਜਦੋਂ ਹੋਈ ਉੱਧਰੋਂ ਆਏ, ਕੋਈ ਉਦੋਂ ਦਾ ਵਾਕਿਆ ਕੋਈ ਯਾਦ ਹੋਇਆ ਆਉਂਦਿਆਂ? ਵਾਕਿਆ ਯਾਦ ਕਹਿੰਦੇ ਰਹੇ, ਦੁਨੀਆ ਵੱਡੀ ਲਿਆਉਂਦੇ ਰਹੇ, ਸਰੀਰ ਖਟਾਨਾ ਹੀ ਛੁੱਟੀ ਹੋਈ। ਅੱਛਾ। ਪਾਣੀ ਮੰਗਦੇ ਜਿਹੜਾ ਲਹੂ ਸੀ,
लस्सी जो लैन जाना भी ना जो इन्होंने घरों लैन जाना तो इन्होंने चुक के भांडा पा आखना पिछले घरों थोड़े दिनों चलो अज करके सारे मरबे सारे तोर तक सारे तीन सौ बंदा क्यों लागू उठ के आ गया चिमटे तक भी नहीं छे सारा हर चीज लैनी मझा जित लिया हर चीज मिल गई सानू नहीं मिली है पिछेत्रे ठीक है सू गल याद होने चाहिए अल्लाह वास्ते रोटी मंग के खाधी झूरे झूरे से भी संगल उतर झूर से अल्लाह वास्ते रोटी मंग लगे झूर पे पिंड है। अच्छा बाबा जी जो बसी शहर च रेंदे ही ते उदो हजरत मुजद्दद अलफसानी रहमतुल्लाह अलैह उन्होंने मजार ते भी गए मैं नहीं गया छोटा हुंदा मेरे प्यो ने खड़े होते पता कोई नहीं अच्छा ते उन जांदा रहा वो अच्छा उन हजार साल पिछे मुजद्दद ते गए हां जी ते वो मुजद्दद नाम दे लो उन उत्थे साडे जांदे हन या साडे पिंड दे जांदे रहे ने इत्थे मियां कबर हानी है यार दोस्त ਸਿੱਖਾਂ ਦੇ ਹਿੰਦੂਆਂ ਦੇ ਮੁਸਲਮਾਨਾਂ ਦੇ ਉਹਨਾਂ ਦੇ ਕੋਈ ਨਾਂ ਯਾਦ ਨਹੀਂ ਆਉਂਦੇ ਨਾ 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 ਤੇ ਨਹੀਂ ਯਾਦ ਹੁੰਦੇ ਇੰਨਾ ਕੁ ਪਤਾ ਹੈ ਵੀ ਅਸੀਂ ਪੰਜਾਂ ਜਣਿਆਂ ਨੂੰ ਇੱਕ ਮੁੰਡਾ ਵੀ ਕੁੱਟਿਆ ਹੁੰਦਾ ਸੀ ਨਾ ਅੱਛਾ ਡਰਦੇ ਬੜਾ ਕੁੜੀ ਯਾਰ ਹਿੰਦੂ ਡਰਦੇ ਬੜਾ ਸੀ ਉਹ ਫਿਰ ਉਹਨਾਂ ਨੇ ਆਖਣਾ ਦੇਖੋ ਜੀ ਮੀਆਂ ਜੀ ਸਾਡੇ ਦੇ ਮੁੰਡੇ ਤੁਹਾਡੇ ਨੇ ਜੀ ਸਾਨੂੰ ਬੜੀ ਗੱਲ ਹੈ ਜੀ ਮੁੰਡੇ ਨੂੰ ਮਾਰਿਆ ਅੱਛਾ ਹੱਥ ਜੋੜਨੇ ਆਣ ਕੇ ਅੱਛਾ ਉਹ ਨਹੀਂ ਬੁੱਤਾਂ ਕੇ ਹੱਥ ਜੋੜਦੇ ਆਣ ਤੇ ਐਡੇ ਤਰ੍ਹਾਂ ਕਰ ਚਾਰ ਤਰ੍ਹਾਂ ਲੜਦੇ ਇਹੋ ਲੜੇ ਨੇ ਸਾਡੇ ਨਾਲ ਹੋਰ ਉਹ ਹਿੰਦੂ ਦੇ ਜਿਹੜੇ ਬੜੇ ਡਰਦੇ ਸਨ ਅੱਛਾ 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 ਹਿੰਦੂ ਹੁਣ ਵੀ ਨਹੀਂ ਲੜ ਸਕਦੇ ਇਨਸ਼ਾਅੱਲਾ ਸਾਡੇ ਨਾਲ ਸਹੀ ਹੈ ਲਓ ਜੀ ਬਾਬਾ ਜੀ ਨੇ ਕਿਹਾ ਕਿ ਹਿੰਦੂ ਜਿਹੜੇ ਨੇ ਉਹ ਬੜੇ ਬੁਜ਼ਦਲ ਕੌਮ ਹੈ ਤੇ ਬੜਾ ਡਰਦੇ ਨੇ ਉਦੋਂ ਵੀ ਡਰਦੇ ਸੀ ਤੇ ਹੁਣ ਵੀ ਡਰਦੇ ਨੇ ਨਹੀਂ ਸਾਡੇ ਨਾਲ ਲੜ ਸਕਦੇ ਨਹੀਂ ਲੜ ਸਕਦੇ ਸਾਡੇ ਤੇ ਇਹ ਸਿੱਖਾਂ ਨੂੰ ਸਾਡੇ ਨਾਲ ਲੜਾਇਆ ਇਹਨਾਂ ਨੇ ਲੜਾਇਆ ਹਾਂਜੀ ਉਹ ਪਛਤਾਉਂਦੇ ਨੇ ਹੁਣ ਉਹ ਪਛਤਾਉਂਦੇ ਨੇ ਹੁਣ ਸਿੱਖ ਸਰਦਾਰ ਪਛਤਾਉਂਦੇ ਨੇ ਬਿਲਕੁਲ ਜੀ ਰਕਬਾ ਉਹਨਾਂ ਕੋਲ ਬੜਾ ਜ਼ਿਆਦਾ ਬੜਾ ਮੁਲਕ ਹੈ ਸਾਡੇ ਕੋਲ ਤਾਂ ਚਾਰ ਸੂਬੇ ਨੇ ਸਾਰੇ ਉਹਨਾਂ ਕੋਲ ਤਾਂ ਚੋਖਾ ਹੀ ਰਕਬਾ ਉਹਨਾਂ ਕੋਲ ਬੜੇ ਸੂਬੇ ਨੇ ਉਹਨਾਂ ਕੋਲ ਫਿਰ ਵੀ ਇਨਸ਼ਾਅੱਲਾ ਸਾਡੀ ਫਤਿਹ ਹੀ ਹੈ ਹਾਂਜੀ ਹੋਏਗੀ ਵੀ ਇਨਸ਼ਾਅੱਲਾ ਲਈਆਂ ਚੁੰਡੀਓ ਬਸੀ ਸ਼ਹਿਰ ਬਾਬਾ ਜੀ ਅਗਰ ਗੱਲ ਕਰੀਏ ਤੇ ਯਾਦ ਆਉਂਦਾ ਸਾਰਾ ਪੁਰਾਣਾ ਬੜਾ ਯਾਦ ਆਉਂਦਾ ਉਹ ਗਲੀਆਂ ਬਾਜ਼ਾਰ ਬਿਲਕੁਲ ਬਿਲਕੁਲ ਵੇਖੇ ਨੇ ਯਾਦ ਚ ਆਉਂਦਾ ਦਿਲ ਕਰਦਾ ਜਾਣ ਨੂੰ ਫਿਰ ਬਿਲਕੁਲ ਦਿਲ ਕਰਦਾ ਜਾਣ ਪਰ ਉਹ ਕੁੜੀ ਜਾਵੇ ਜਿਹੜੇ ਨਾ ਹਿੰਦੂ ਜਿਹੜੇ ਸਨ ਨਾ ਅੱਛਾ ਉਹ ਇੱਥੇ ਆਉਂਦੇ ਰਹੇ ਨੇ ਸਾਡੇ ਮਜਦੂਦ ਦੇ ਅਫਸਾਨੀ ਦੇ ਰੋਜੇ ਤੇ ਗਏ ਨੇ ਉਹ ਅੱਛਾ ਆਪਣੇ ਉਸ ਦੇ ਇਹਨਾਂ ਨੇ ਦੋ ਬੰਦੇ ਸਾਡੇ ਮਾਰੇ ਨੇ ਅੱਛਾ ਇਹਨਾਂ ਨੇ ਹਿੰਦੂਆਂ ਨੇ ਅੱਛਾ ਤੇ ਉਹ ਮੁੜ ਕੇ ਮੰਦਰ ਪੂਜਣ ਆਉਂਦੇ ਰਹੇ ਨੇ ਪਾਕਿਸਤਾਨੀ 'ਚ ਤੇ ਪੁੱਟੋ ਆ ਕੇ ਤੁਹਾਡੀ ਭੈਣ ਨੂੰ ਤੁਸੀਂ ਨਹੀਂ ਇੱਥੇ ਆ ਸਕਦੇ ਅੱਛਾ ਸਾਡੇ ਬੰਦੇ ਮਾਰੇ ਨੇ ਉਹਨੇ ਫਿਰ ਇਸ਼ਾਰਾ ਕੀਤਾ ਸਿੰਧ ਦੇ ਵਿੱਚ ਜਿਹੜੇ ਹਿੰਦੂ ਨੇ ਨਾ ਉਹ ਕੋਈ ਚੋਖੇ ਮਾਰੇ ਫਿਰ ਅੱਛਾ ਉਹਦਾ ਸਿਆਸੀ ਸੀ ਉਹਨੇ ਇਹ ਗੱਲ ਆਖੀ ਕਹਿੰਦਾ ਯਾਰ ਦੁਨੀਆ ਫਸ਼ਾਰ ਦੇ ਵਿੱਚ ਆ ਗਿਆ ਤੇ ਤੂੰ ਇਹ ਲਾਨਤ ਕੀਤੀ ਤੇ ਸਾਨੂੰ ਆਪ ਹੀ ਤਾਂ ਇਸ਼ਾਰਾ ਕਰਨਾ ਆਪ ਹੀ ਤੂੰ ਇਹ ਲਾਨਤ ਕਰਨ ਵਾਲਾ ਫਿਰ ਉਹਨੂੰ ਪਤਾ ਲੱਗ ਉਹਨੇ ਆਖਿਆ ਮਦ ਪਾਕਿਸਤਾਨੀ ਚਾਹੋ ਮੰਦਰ ਪੂਜਣ ਤੇ ਉਹ ਨਹੀਂ ਆਉਂਦੇ ਉਦੋਂ ਦੇ ਅੱਗੇ ਆਉਂਦੇ ਰਹੇ ਨੇ ਇੱਥੇ
अच्छा अच्छा सही है। जेडे उन्हां दे मंदिर सन होनी होंदे ठीक है ते सानू उन्हां दा माल छड़। लेकिन वेखो ना साडे मुल्क दे विच मुसलमान जेडे ने ना किसे हिंदू नु कुछ कहंदे ने ना ईसाई नु कुछ कहंदे ने ना सिख सरदार नु कुछ, सारे अमन नाल आराम नाल रहंदे ने। बिल्कुल आराम नाल रहंदे। लेकिन उत्थे जेड़ा है ओ बड़ा इंतशार पिया है, बड़ा मुसलमानां नु नहीं छड़न दे। बेईमान जो है बुत्तां नु आपे बुत्त बना के ते उहनां नु सलाम तक करदे ने, उहनां दा मजहब की है? इह लड़ सकदा साडे नाल? नहीं लड़ सकदा। इह बड़े कुत्ते लोक ने, इह नहीं साडे नाल लड़ सकदे इंशाअल्लाह, ना लड़नगे ही। बसी शहर दे विच ज़्यादा मुसलमान रहिंदे हन कि हिंदू या सिख सरदार जिहड़े ने ओह रहिंदे हन? नहीं, सिख ते साडे शहर दे विच कोई नहीं सी, दुआले दे सिख सन। अच्छा, पिंडां दे विच सिख सन बहुत, शहर च नहीं सी? शहर दे विच कोई घर होना नहीं सी, हिंदू ही सन बहुत। इह बसी जिहड़ा पंजाब च ही आउंदा इहनां दे? पंजाब च ही आउंदा। ठीक है, पटियाला रियासत? हाँ, रियासत पटियाला साडे च ही आउंदा। ठीक, ओह जनाब मेरी लड़ नहीं सकदा साडे नाल कोई वी, ਹੁਣ ਵੀ ਕਿਤੇ ਸਾਡੇ ਤਾਂ ਫਿਰ ਵੀ ਮੂਵ ਹੋ ਜਾਂਦੇ ਨੇ। ਨਹੀਂ ਤਾਂ ਇਹ ਚੌਜੀ ਇਹਦੇ ਨਾਲ ਲੜ ਨਹੀਂ ਸਕਦਾ ਮੁਸਲਮਾਨ ਨਾਲ, ਕੋਈ ਕੋਈ ਲੜ ਨਹੀਂ ਸਕਦਾ, ਕੋਈ ਤਾਕਤ ਨਹੀਂ ਲੜ ਸਕਦੀ ਇਨਸ਼ਾਅੱਲਾ। ਜੇ ਹੋਣ ਸਹੀ ਤੇ ਅਫਸਰ ਸਹੀ ਹੋਣ ਤੇ, ਗਰਦਾਰ ਨਾ ਹੋਣ, ਜਾਈਏ ਖਾਂ। ਅੱਛਾ ਅੱਛਾ, ਜਾਈਏ ਖਾਂ ਬਦਮਾਸ਼ ਸੀ ਭੈਣ ਚੋਰ, ਸਿੱਧੀਆਂ ਗੱਲਾਂ ਨੇ ਮੇਰੀਆਂ। ਸਹੀ, ਉਹ ਬਦਮਾਸ਼ ਸੀ। ਠੀਕ, ਉਹਨੇ ਕੁੜੀ ਵਾਲ ਸਾਡਾ ਅਗਲਾ ਪਿਛਲਾ ਵੀ ਮੇਰਾ ਗੱਲ ਕਰ ਛੱਡਿਆ। ਅੱਛਾ, ਨਹੀਂ ਤਾਂ ਸਾਨੂੰ 65 ਦੇ ਵਿੱਚ ਜੰਗ ਲੱਗੀ ਹੈ ਨਾ, ਇਹ ਚੋਰੀ ਅੰਮ੍ਰਿਤਸਰ ਛੱਡ ਕੇ 10 ਕਰਨ ਵਾਸਤੇ ਕੋਈ ਜੀ ਨਹੀਂ ਸੀ, ਛੱਡ ਕੇ ਟੁੱਟ ਗਿਆ ਸਾਰੇ, ਵਿਹਲਾ ਕਰ ਗਿਆ ਸਾਨੂੰ। ਅੱਛਾ, ਅੰਮ੍ਰਿਤਸਰ ਹਾਂਜੀ, ਬੜੀ ਦੂਰ ਤੱਕ ਚਲੇ ਜਾਣ। ਠੀਕ ਹੈ, ਅਸੀਂ ਇਹਨੂੰ ਵੋਟ ਨਹੀਂ ਲੈਣੇ। ਬਸੀ ਸ਼ਹਿਰ ਦੇ ਲਾਗੇ ਕਿਹੜੇ ਕਿਹੜੇ ਹੋਰ ਛੋਟੇ ਪਿੰਡ ਜਾਂ ਸ਼ਹਿਰ? ਉਹਨਾਂ ਦਾ ਪਤਾ ਨਹੀਂ, ਕੋਈ ਕਈ ਪਿੰਡ ਸਨ, ਉਹਨਾਂ ਦਾ ਨਾਂ ਦਾ ਨਹੀਂ ਪਤਾ ਹੋਣਾ। ਹੈ ਸਨ ਸਿੱਖਾਂ ਦੇ ਅਤੇ ਉਹ ਹਮਲਾ ਕਰਦੇ ਹਨ, ਸਿੱਖ ਆਣ ਕੇ ਅੱਗਾਂ ਲਾਉਂਦੇ ਹਨ। ਠੀਕ ਹੈ, ਮੁਸਲਮਾਨਾਂ ਨੂੰ ਵੱਢ ਕੇ ਖਾ ਦਿੰਦੇ ਹਨ। ਉਹ ਤਾਂ ਸਾਡੀ ਫੌਜ ਆਈ ਹੈ, ਉਹਨੇ ਠੱਲ ਪਾਈ। ਉੱਥੋਂ ਤੁਸੀਂ ਪੈਦਲ ਹੀ ਆਏ ਸੀ ਇੱਧਰ ਜਾਂ ਕਿਸੇ ਟ੍ਰੇਨ 'ਤੇ? ਗੱਡੀਆਂ 'ਤੇ, ਗੱਡੀਆਂ ਵੱਡੀਆਂ ਨੇ ਇਹਨਾਂ ਨੇ ਕਿ। ਅੱਛਾ, ਹਾਂ, ਗੱਡੀਆਂ ਖਿਲਾਰ ਕੇ ਵੱਢਦੇ ਰਹੇ ਨੇ, ਫਿਰ ਚੰਗੀਆਂ ਕੁੜੀਆਂ ਜਿਹੜੀਆਂ ਸੀ ਉਹ ਵਿੱਚੋਂ ਖਿੱਚ ਲੈਂਦੇ ਰਹੇ ਨੇ ਨਾ, ਕੁੜੀਆਂ ਖਿੱਚਦੇ ਰਹੇ ਨੇ ਵਿੱਚੋਂ, ਸਾਡੀਆਂ ਕੁੜੀਆਂ ਖਿੱਚਦੇ ਰਹੇ ਨੇ। ਗੱਲ ਨੂੰ ਸਹੀ ਤੇ ਕੱਛੇ ਪਵਾ ਕੇ ਵੇਲਣੇ ਦੇ ਗੰਨੇ ਲਵਾਉਂਦੇ ਹੁੰਦੇ ਸਨ। ਠੀਕ, ਇਸ ਤਰ੍ਹਾਂ ਕੰਮ ਇਹ ਕਰਦੇ ਰਹੇ ਨੇ। ਹੁਣ ਪਛਤਾਉਂਦੇ ਨੇ, ਸਿੱਖ ਪਛਤਾਉਂਦੇ ਨੇ ਵੀ ਅਸੀਂ। ਇਹ ਸ਼ਰਾਰਤ ਪਿੱਛੇ ਕਿਹਦੀ ਸੀ? ਕਿਹਦੀ ਸ਼ਰਾਰਤ ਸੀ ਸਾਰੀ? ਸ਼ਰਾਰਤ ਤਾਂ ਸਾਰੀ ਫਿਰ ਇਹਨਾਂ ਦੀ, ਆ ਜਿਹੜੇ ਬਰਤਾਨੀਆ ਸੀ ਇਹਦੀ ਵੀ ਸ਼ਰਾਰਤ ਵਿੱਚ ਹੀ ਸੀ, ਅਤੇ ਵਿੱਚ ਅਮਰੀਕਾ ਮਰਾਕਾ ਦੀ ਸ਼ਰਾਰਤਾਂ ਦੇ ਵਿੱਚ ਹੀ ਸਨ ਸਾਰੀਆਂ ਜਿਹੜੇ। ਠੀਕ ਹੈ, ਇਹ ਮੁਲਕ ਨੇ ਇਹਨਾਂ ਦੀ ਸ਼ਰਾਰਤ ਸੀ ਸਾਰੀ, ਹੋਰ ਤਾਂ ਕਿਸੇ ਦੀ ਸ਼ਰਾਰਤ ਨਹੀਂ। ਕਸ਼ਮੀਰ ਸਾਨੂੰ ਮਿਲ ਜਾਣੇ, ਬੇਈਮਾਨੀ ਕੀਤੀ ਨਾ ਇਹਨਾਂ ਨੂੰ ਕਸ਼ਮੀਰ, ਉਹ ਰੋੜਾ ਵਿੱਚ ਰੱਖ ਗਿਆ ਨਾ, ਇਹ ਲੱਗੇ ਹੀ ਰਹਿਣ, ਇਹ ਲੱਗੇ ਹੀ ਰਹਿਣ। ਹਾਂ, ਇਹਨਾਂ ਦੇ ਆਪਸ ਦੇ ਵਿੱਚ ਜਿਹੜੀ ਇਹਨਾਂ ਜੰਗ ਲੱਗੀ ਰਹੀ, ਜਿਹੜੇ ਸਾਨੂੰ ਆਉਣੇ ਸਨ ਅੰਮ੍ਰਿਤਸਰ, ਗੁਰਦਾਸਪੁਰ, ਅਤੇ ਇਹ ਚਾਰ ਜਿਹੜੇ ਸਾਨੂੰ ਆਉਣੇ ਸਨ। ਅੱਛਾ, ਠੀਕ ਹੈ। ਇਹ ਜਦੋਂ ਐਲਾਨ ਹੋਇਆ ਪਾਕਿਸਤਾਨ ਬਣ ਗਿਆ ਤੇ ਤੁਸੀਂ ਉਸੇ ਦਿਨ ਹੀ ਉਧਰੋਂ ਆ ਗਏ ਜਾਂ ਕੁਛ? ਨਹੀਂ ਨਹੀਂ, ਪਿੱਛੇ ਆਏ ਯਾਰ, ਗਿਆ ਸਰ, ਕਿਉਂਕਿ ਸਾਨੂੰ ਇਹ ਸੀ ਵੀ ਅਜੇ ਇਹ ਸਾਡਾ ਪਾਕਿਸਤਾਨ ਹੀ ਜਾ ਦੇਣਾ ਹਿੱਸਾ। ਸਹੀ, ਤੋ ਨਾ ਆਇਆ, ਬੇਈਮਾਨੀ ਕੀਤੀ ਅੰਗਰੇਜ਼ ਨੇ, ਤੇ ਇਹ ਕੰਮ ਬਣ ਗਿਆ। ਇਹ ਜਿਹੜੇ ਲੋਕ ਸਨ ਨਾ, ਜਿਹੜੇ ਜਿਹਨਾਂ ਨੂੰ ਜ਼ਮੀਰਾਂ ਦਿੱਤੀਆਂ ਸੀ, ਇਹਨਾਂ ਨੂੰ ਇੱਥੇ ਜਿਹੜੇ ਜ਼ਮੀਰਦਾਰ ਨੇ ਨਾ ਘੋੜੇ ਫੇਰ ਲਓ, ਇਹ ਪਾਕਿਸਤਾਨ ਬਣਨ 'ਚ ਰਾਜ਼ੀ ਨਹੀਂ ਸਨ। ਸਹੀ, ਜ਼ਿਆਦਾਰ ਸਮਝਣਾ ਗੱਲ, ਇਹ ਨਹੀਂ ਪਾਕਿਸਤਾਨ ਹੁੰਦਾ, ਇਹ ਸਾਡੀ ਮੁਖਾਲਫਤ ਕਰਦੇ ਸਨ। ਇਹ ਠੀਕ ਹੈ ਜੀ, ਇਹ ਇਹਨਾਂ ਬਾਬੇ ਨੂੰ ਵੋਟ ਨਹੀਂ ਸੀ ਦਿੱਤੇ, ਕਾਂਗਰਸ ਨੂੰ ਦਿੱਤੇ। ਠੀਕ ਹੈ, ਹਾਂਜੀ, ਮੁਸਲਿਮ ਲੀਗ ਨੂੰ ਵੋਟ ਨਹੀਂ ਸੀ ਦਿੱਤੇ, ਇਹਨਾਂ ਬੇਈਮਾਨੀ ਕੀਤੀ, ਜਿਹੜੇ ਇੱਥੋਂ ਦੇ ਜਿਹਨਾਂ ਘੋੜੇ ਫੇਰਿਆਂ 'ਤੇ ਜ਼ਮੀਰਾਂ ਸਾਂਭੀਆਂ ਸਨ ਇਹਨਾਂ ਨੇ। ਅੰਗਰੇਜ਼ ਪੈਸੇ ਦਿੰਦਾ ਸੀ ਇਹਨਾਂ ਨੂੰ? ਹਾਂਜੀ, ਅਤੇ ਉਹ ਪੈਸੇ ਕੀ, ਜ਼ਮੀਨਾਂ ਉਹਨਾਂ ਦੇ ਘੋੜਾ ਫੇਰ ਲਓ, ਜਿੰਨੀ ਮਰਜ਼ੀ ਆ ਜ਼ਮੀਨ ਸਾਂਭ ਲਓ, ਮੈਂ ਜਿੱਥੋਂ ਤੱਕ ਘੋੜਾ ਤੁਹਾਡਾ ਚੱਲ ਜਾਵੇ ਉੱਥੋਂ ਤੱਕ ਤੁਹਾਡੀ ਜਾਇਦਾਦ। ਹਾਂ, ਅਤੇ ਉਹ ਨਹੀਂ ਨਾ ਚਾਹੁੰਦੇ ਅੰਗਰੇਜ਼ ਆਵੇ ਇੱਥੋਂ, ਅਤੇ ਹਿੰਦੂ ਦੀਆਂ ਤਾਂ ਅੰਗਰੇਜ਼ ਨਾ ਹੀ ਜਾਵੇ ਤਾਂ ਚੰਗਾ। ਸਹੀ ਹੈ, ਇੱਥੇ ਇਸੇ ਇਹੋ ਜਿਹੀ ਹਕੂਮਤ ਰਹੇ ਤੇ ਉਹ ਤੁਸੀਂ ਗੰਡਾ ਚੜਿਆ। ਅੱਜ ਵੇਖੋ ਕਿ ਉੱਧਰ ਜਿਹੜੇ ਮੁਸਲਮਾਨ ਹਲੇ ਵੀ ਰਹਿਣ ਡੇ ਨੇ 72 ਸਾਲਾਂ ਬਾਅਦ, ਉਹਨਾਂ ਨਾਲ ਕਿੰਨਾ ਜ਼ੁਲਮ ਹੋਣ ਡਿਆ? ਉਹ ਸਾਡੇ ਪੰਜਾਬ ਦੀ ਵੰਡ ਹੋਈ ਹੈ ਨਾ। ਹਾਂਜੀ, ਉਹ ਬੜਾ ਮੁਸਲਮਾਨ ਹੈ, ਉਹ ਹਕੂਮਤ ਹੋਈ ਹੁਣ ਹਿੰਦੂ ਦੀ,
ਹੁਣ ਹਿੰਦੂ ਉੱਥੇ ਮੁਸਲਮਾਨਾਂ 'ਤੇ ਜਿਹੜਾ ਜ਼ੁਲਮ ਕਰ ਰਹੇ ਨੇ ਅਤੇ ਉਹਨਾਂ ਨੂੰ ਕਹਿਣ ਡਏ ਨੇ ਕਿ ਜੀ ਆਪਣੀ ਤੁਸੀਂ ਦੱਸੋ ਕਿ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ, ਸ਼ਨਾਖਤੀ ਲਾਮਤ ਸਾਨੂੰ ਦੱਸੋ, ਪਰੂਫ ਦੇਵੋ ਕਿ ਤੁਸੀਂ ਵਾਕਈ ਇੱਥੋਂ ਦੇ ਰਹਿਣ ਵਾਲੇ ਜੇ। ਉਹ ਕਹਿੰਦੇ ਨੇ ਸਾਨੂੰ 72 ਸਾਲ ਹੋ ਗਏ ਇੱਥੇ ਰਹਿੰਦੇ ਹਾਂ, ਅਸੀਂ ਤਾਂ ਜੰਮਪਲ ਸਾਡੇ ਵੱਡੇ ਇੱਥੋਂ ਦੇ, ਅਸੀਂ ਪਾਕਿਸਤਾਨੀ ਗਏ। ਅਤੇ ਉਹ ਹੁਣ ਜਿਹੜੇ ਨੇ ਰੋਂਦੇ ਨੇ ਮੁਸਲਮਾਨ ਜਿਹੜੇ ਉੱਥੇ ਰਹਿ ਗਏ ਨੇ, ਉੱਥੇ ਰਹਿ ਗਏ ਨੇ, ਉੱਥੇ ਰਹਿ ਗਏ ਕਿਉਂ ਵੀਸਾ ਜੂ ਇਹੋ ਜਿਹੀ ਸੀ ਬੰਦਿਆ। ਐਮ ਕੇ ਐਮ ਐਲ ਜਿਹੜੇ ਨੇ ਨਾ, ਇਹ ਦਿੱਲੀ ਦੇ ਰਹਿਣ ਵਾਲੇ ਨੇ। ਐਮ ਕੇ ਐਮ ਐਲ ਇਹ ਦਿੱਲੀ ਦੇ ਰਹਿਣ ਵਾਲੇ, ਇਹ ਚਲੇ ਗਿਆ, ਉਹ ਇਹ ਸਨ ਪੱਖੀਆ ਲੋਕ। ਆ ਪੱਖੀਆ ਨਹੀਂ ਸਾਡੇ ਇੱਥੇ ਪੱਖੀਆਂ ਬਾਹਰ ਲਾਉਂਦੇ, ਹਾਂਜੀ ਇਹ ਲੋਕ ਸਨ, ਇਹ ਜ਼ਿਮੀਂਦਾਰ ਨਹੀਂ ਸਨ, ਇਹ ਬਦਮਾਸ਼ੀ ਟਾਈਪ ਦੇ ਸਨ। ਇਹ ਉਹ ਮੁੜ ਕੇ ਨਾ ਇਹ ਬੰਗਾਲ ਚਲੇ ਗਿਆ ਵੀ ਸਾਡਾ ਦਾਲ ਲੱਗਾ, ਬੰਗਾਲ ਚਲੇ ਗਿਆ। ਅਤੇ ਪੁੱਟੋ ਨੂੰ ਆਉਂਦਾ ਸੀ ਮੁਜੀਬੁਰ ਰਹਿਮਾਨ ਵੀ ਇਹਨਾਂ ਨੂੰ ਲੈ ਲੈ, ਉਹਨੇ ਆਖਿਆ ਤੂੰ ਇੱਥੇ ਹੀ ਰੱਖ, ਸਾਡਾ ਹਿੱਸਾ ਕੋਈ ਨਹੀਂ, ਇੱਥੇ ਰੱਖ। ਅੱਛਾ, ਅਸਾਂ ਨਹੀਂ ਲੈਣੇ। ਇਹ ਜੌਲ ਹੱਕ ਦਾ ਵਕਤ ਆ ਗਿਆ ਅਤੇ ਮੁਸਲਿਮ ਲੀਗ ਦਾ ਹੀ ਜੌਲ ਹੱਕ ਇਹਨੇ ਲੈ ਲੈ ਵੀ ਆਪਣੀ ਪਾਰਟੀ ਭਾਰੀ ਕਰਨ ਵਾਸਤੇ। ਹਾਂਜੀ, ਅਤੇ ਉਹ ਫਿਰ ਇੱਥੇ ਆਣ ਕੇ ਕਰਾਚੀ ਫਤੂਰ ਪਾ ਲਿਆ, ਅਤੇ ਨਹੀਂ ਤਾਂ ਬੜੀ ਅਮਨ ਚੈਨ ਨਾਲ ਸਿੰਧ ਵੱਸਦਾ ਸੀ, ਬੜੀ ਇੱਜ਼ਤ ਕਰਦੇ ਪੰਜਾਬੀਆਂ ਦੀ। ਅਤੇ ਹੁਣ ਉਹ ਬਦਮਾਸ਼ ਆ ਕੇ ਉਹਨਾਂ ਨੇ ਉਹਨਾਂ ਨੂੰ ਬਦਮਾਸ਼ ਬਣਨਾ ਪਿਆ, ਹੁਣ ਕਰਾਚੀ ਫਤੂਰ ਪਾਇਆ ਅਤੇ ਉਹਨੇ ਹੀ ਪਾਇਆ। ਹਾਂਜੀ, ਨਹੀਂ ਫਰਕ ਪੈ ਗਿਆ ਹੁਣ ਬੜਾ, ਹੁਣ ਨਾ ਅਮਨ ਸਕੂਨ ਹੋ ਗਿਆ, ਅਲਤਾਫ ਹੁਸੈਨ ਦਾ ਵੀ ਇਲਾਜ ਕਰ ਲਿਆ। ਅੱਛਾ ਬਾਬਾ ਜੀ, ਅਗਰ ਬੱਸੀ ਸ਼ਹਿਰ ਜਾਇਆ ਜਾਏ ਤੇ ਆਪਣਾ ਘਰ ਬਾਰ ਤੁਸੀਂ ਲੱਭ ਲਓਗੇ ਜਾਂ ਗਲੀਆਂ ਬਾਜ਼ਾਰ? ਨਹੀਂ ਬਦਲ ਗਿਆ ਹੋਣਾ ਨਾ, ਜਿਵੇਂ ਹੁਣ ਸਾਡੇ ਵਰਗੇ ਸਾਨੂੰ ਹੁਣ ਫੈਸਲਾ ਵਾਸਤੇ ਮੇਰੇ ਵੇਖਣ ਦੀ ਗੱਲ ਅੱਛਾ, ਜੋ ਦੁਪਹਿਰ ਹੁੰਦੀ ਸੀ ਨਾ ਝੰਗ ਬਾਜ਼ਾਰ ਦੇ ਕੋਈ ਬੰਦਾ ਨਹੀਂ ਸੀ ਹੁੰਦਾ, ਠੀਕ, ਸਿਰਫ ਚੌਲਾਂ ਦੀ ਦੁਕਾਨ ਹੁੰਦੀ, ਦੁਪਹਿਰ ਵੇਲੇ ਕੋਈ ਬੰਦਾ ਲੱਭਦਾ ਹੀ ਨਹੀਂ ਸੀ ਉੱਥੇ, ਹੈਜੀ ਕੋਈ ਸ਼ਹਿਰ ਨਹੀਂ ਸੀ, ਝੰਗ ਬਾਜ਼ਾਰ ਸ਼ੁਰੂ ਟੁੱਟ ਗਿਆ ਮੈਂ ਵੇਖਿਆ ਆਪਣੀ ਇੱਥੇ। ਸਹੀ ਹੈ, ਅਤੇ ਸੰਗਲੇ ਜਦੋਂ ਆ ਸੰਗਲਾ ਜੋ ਗੱਡੀ ਜਾਣੀ ਨਾ ਅਤੇ ਉਦੋਂ ਆਖਣਾ ਬਈ ਉਹ ਯਾਰ ਜਿੱਥੇ ਕੋਈ ਦੋ ਬੰਦੇ ਨੇ ਉੱਥੇ ਬਹੁਤ ਹਾਂ ਚੱਲ ਕੇ ਗੱਡੀਆਂ ਵਿਹਲੀ ਨਹੀਂ ਹੁੰਦੀਆਂ, ਦੁਨੀ ਬਹੁਤ ਘੱਟ ਸੀ, ਠੀਕ, ਅਤੇ ਦੇਖਣਾ ਵੀ ਫਲਾਣਾ ਬੰਦਾ ਉੱਥੇ ਬੈਠਾ, ਚੱਲੋ ਯਾਰ ਉਹਦੇ ਕੋਲ ਬਈਓ, ਦੂਜੇ ਡੱਬੇ ਵਿਹਲੇ ਹੁੰਦੇ ਸਨ, ਹੁਣ ਤਾਂ ਦੁਨੀਆ ਦੇ ਕੜਕ ਚੜ ਗਿਆ ਨੇ ਬਾਹਰ। ਅਤੇ ਫੈਸਲਾ ਵਾਸਤੇ ਮੈਂ ਛੋਟਾ ਜਿਹਾ ਹੁੰਦਾ ਸੀ, ਬਿਲਕੁਲ ਹੀ ਛੋਟਾ ਹੁੰਦਾ ਸੀ, ਏਡਾ ਵੱਡਾ ਸੀ, ਹੁਣ ਉਹਦੇ ਹੁਣ ਫਸ ਗਈ ਨਾ, ਅਤੇ ਉਦੋਂ ਦੁਨੀਆ ਵਧੀ ਆ, ਅਤੇ ਹੁਣ ਵੇਲਾ ਤੇਰੇ ਪਿੰਡ 'ਚ ਥਾਂ ਨਹੀਂ ਲੱਭਦਾ, ਇੰਜੀ ਜਿਹੜੇ ਚੰਦ ਬੰਦੇ ਹੁੰਦੇ ਸਨ, ਹੁਣ ਵੇਲਾ ਕੜਕ ਚੜੇ ਨੇ, ਅਤੇ ਉਹਨੇ ਮੁਹੱਬਤ ਹੁੰਦੀ ਸੀ ਉਦੋਂ, ਹੁਣ ਨਹੀਂ ਮੁਹੱਬਤ ਕੋਈ, ਪਿਓ ਪੁੱਤ ਨੂੰ ਨਹੀਂ ਜਾਣਦਾ। ਇਨਸ਼ਾਅੱਲਾ ਤਾਲਾ ਸਾਡਾ ਦਿੱਲੀ ਝੰਡਾ ਲੱਗਣਾ, ਇਨਸ਼ਾਅੱਲਾ ਜੀ, ਇਨਸ਼ਾਅੱਲਾ, ਇਨਸ਼ਾਅੱਲਾ। ਲਓ ਜੀ, ਤੁਸੀਂ ਅੱਜ ਬਾਬਾ ਜੀ ਹੁਣਾਂ ਦੀਆਂ ਗੱਲਾਂ ਸੁਣੀਆਂ ਨੇ ਅਤੇ ਜ਼ਰੂਰ ਤੁਹਾਨੂੰ ਅੱਛੀਆਂ ਲੱਗੀਆਂ ਹੋਣਗੀਆਂ ਦੱਸਣਾ ਕਿ ਬਾਬਾ ਜੀ ਹੁਣੀ ਬੱਸੀ ਸ਼ਹਿਰ ਪਟਿਆਲਾ ਰਿਆਸਤ ਸਰਹੰਦ ਸ਼ਰੀਫ ਦੇ ਰਹਿਣ ਵਾਲੇ ਨੇ, 7 ਸਾਲ ਉਮਰ ਸੀ ਉਦੋਂ ਇਹਨਾਂ ਦੀ, ਅਤੇ ਹੁਣ ਇਹਨਾਂ ਦੀ ਜਿਹੜੀ ਉਮਰ ਹੈ 79-80 ਸਾਲ ਉਮਰ ਹੈ, ਅਤੇ ਬੜਾ ਕੁਛ ਵੇਖਿਆ ਇਹਨਾਂ ਨੇ, ਇਹ ਵਿੱਚ ਥੋੜ੍ਹੇ ਜਿਹੇ ਯਾਦਾਂ ਤਾਜ਼ਾ ਹੋਣ ਨਾਲ ਥੋੜ੍ਹਾ ਜਿਹਾ ਪੁਰਾਣਾ ਯਾਦ ਕਰਕੇ ਉਹਨਾਂ ਦੀਆਂ ਅੱਖਾਂ 'ਚੋਂ ਜਿਹੜੇ ਅੱਥਰੂ ਵੀ ਆ ਗਏ, ਅਤੇ ਇਹ ਜਿਹੜਾ ਨਾ ਇਹ ਚੀਜ਼ ਹੁੰਦੀ ਹੈ ਇਨਸਾਨ ਦੇ ਨਾਲ, ਉਹਨੂੰ ਯਾਦ ਆ ਜਾਂਦਾ ਪੁਰਾਣਾ, ਅਤੇ ਬੜੇ ਮੁਸ਼ਕਲ ਵਕਤ ਵੇਖੇ ਉਹਨਾਂ ਨੇ, ਅਤੇ ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੇਗੀ, ਜ਼ਰੂਰ ਦੱਸਣਾ ਤੁਸੀਂ ਸਾਨੂੰ ਆਪਣੇ ਕਮੈਂਟ ਨਾਲ, ਅਤੇ ਬਹੁਤ ਸ਼ੁਕਰੀਆ।